ਜੀ ਆਇਆਂ ਨੂੰ ਖੁਸ਼ ਆਮਦੀਦ ਕਿਸਾਨ ਵੀਰੋ ਤੁਹਾਡੇ ਸਵਾਲਾਂ ਦੇ ਹੱਲ ਲੱਭਣ ਦੀ ਫਿਰਾਕ ਵਿੱਚ ਲੱਗਿਆ ਪੀਟੀਸੀ ਨਿਊਜ਼ ਦਾ ਇੱਕ ਖਾਸ ਉਪਰਾਲਾ ਅਸੀਸ ਡੇਰੀ ਫਾਰਮ ਹੈਲਪਲਾਈਨ ਸੀਜ਼ਨ 2 ਲੈ ਹਾਜ਼ਰ ਹਾਂ ਤੇ ਇਹ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਜੋ ਕਿ ਹੈ 86990037369 ਇਸ ਉੱਤੇ ਤੁਸੀਂ ਮਿਸਡ ਕਾਲ ਕੀਤੀ ਜਾਂ ਵਟਸਐਪ ਕੀਤਾ ਸਾਡੀ ਟੀਮ ਨੇ ਤੁਹਾਡੇ ਨਾਲ ਸੰਪਰਕ ਕੀਤਾ ਅਤੇ ਪਸ਼ੂ ਪਾਲਣ ਨਾਲ ਜੁੜੇ ਤੁਹਾਡੇ ਸਵਾਲ ਜਾਣੇ ਤੇ ਅੱਜ ਦਾ ਜੋ ਸਾਡਾ ਵਿਸ਼ਾ ਹੈ ਉਹ ਹੈ ਖੁਰਾ ਦੀ ਸਿਹਤ ਹੈ ਜ਼ਰੂਰੀ ਤੰਦਰੁਸਤ ਪਸ਼ੂਾਲੇ ਤੇ ਇਸ ਬਾਰੇ ਗੱਲ ਕਰਨ ਲਈ ਸਾਡੇ ਨਾਲ ਅਸੀਸ ਤੋਂ ਨੇ ਡਾਕਟਰ ਲਖਵੀਰ ਸਿੰਘ ਡਾਕਟਰ ਸਾਹਿਬ ਜੀ ਆਇਆਂ ਨੂੰ ਬਹੁਤ-ਬਹੁਤ ਸਵਾਗਤ ਹੈ ਬਹੁਤ-ਬਹੁਤ ਧੰਨਵਾਦ ਜੀ ਅਜਾ ਡਾਕਟਰ ਸਾਹਿਬ ਸ਼ੁਰੂਆਤ ਇੱਥੋਂ ਹੀ ਮੈਂ ਕਰਨਾ ਚਾਹਾਂਗਾ ਕਿ ਪਸ਼ੂਆ ਦੇ ਖੁਰਾਂ ਦੀ ਸੰਭਾਲ ਜੋ ਹੈ ਉਹ ਪਸ਼ੂ ਪਾਲਕਾਂ ਨੂੰ ਕਿਉਂ ਤੇ ਕਿਵੇਂ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਆਪਾਂ ਪਿਛਲੇ ਸੀਜ਼ਨ 1 ਚ ਜਾਂ ਸੀਜ਼ਨ 2 ਦੇ ਵਿੱਚ ਕਾਫੀ ਸਾਰੇ ਟੌਪਿਕ ਕਵਰ ਕੀਤੇ ਆ ਪਸ਼ੂਆਂ ਨਾਲ ਰਿਲੇਟਡ ਆ ਜਿਹੜੇ ਜਿਵੇਂ ਪਸ਼ੂਆਂ ਦੀਆਂ ਕਾਫੀ ਸਾਰੀਆਂ ਬਿਮਾਰੀਆਂ ਹੋ ਗਈਆਂ ਉਨ੍ਹਾਂ ਦਾ ਰੱਖ-ਰਖਾਵ ਹੋ ਗਿਆ ਜਾਂ ਪਸ਼ੂਆਂ ਦੇ ਖਾਣੇ ਸੰਬੰਧੀ ਉਹਨਾਂ ਵਿੱਚੋਂ ਇੱਕ ਬਹੁਤ ਹੀ ਅਹਿਮ ਇਹ ਜੋ ਅੱਜ ਦਾ ਵਿਸ਼ਾ ਹੈ ਖੋਰਾ ਦੀ ਸੰਭਾਲ ਕਿਉਂਕਿ ਜੇ ਸਾਡੇ ਪਸ਼ੂਆਂ ਦੇ ਵਿੱਚ ਖੋਰਾ ਨਾਲ ਸੰਬੰਧਿਤ ਕੋਈ ਬਿਮਾਰੀ ਆਉਂਦੀ ਹੈ ਜਿਹਨੂੰ ਆਪਾਂ ਖੋਰਾ ਨਾਲ ਸੰਬੰਧਿਤ ਬਿਮਾਰੀ ਨੂੰ ਲੰਗੜਾਪਨ ਕਹਿੰਦੇ ਆ ਜਾਂ ਲੇਮਨਸ ਕਹਿੰਦੇ ਆ ਤਾਂ ਆਪਾਂ ਨੂੰ ਸਿੱਧੇ-ਸਿੱਧੇ ਤੌਰ ਤੇ ਇਹ ਦੱਸਦਾ ਵੀ ਜਾਂ ਤਾਂ ਸਾਡੇ ਖਾਣੇ-ਪੀਣੇ ਵਿੱਚ ਕੋਈ ਕਮੀ ਹੈ ਜਾਂ ਸਾਡੇ ਰੱਖ-ਰਖਾਵ ਵਿੱਚ ਕੋਈ ਕਮੀ ਹੈ ਜਿਸ ਕਰਕੇ ਸਾਡੇ ਪਸ਼ੂ ਜਿਹੜੇ ਆ ਇਸ ਬਿਮਾਰੀ ਵੱਲ ਵਧ ਰਹੇ ਆ ਜਾਂ ਗਰਸਤ ਹੋ ਰਹੇ ਆ ਤਾਂ ਕਾਫੀ ਚਿੰਤਾ ਦਾ ਵਿਸ਼ਾ ਹੁੰਦਾ ਜਦ ਇਹ ਦਿੱਕਤ ਸਾਡੇ ਫਾਰਮ ਤੇ ਹੁੰਦੀ ਹੈ ਇਹ ਦਿੱਕਤ ਹੋਣ ਦੇ ਬਹੁਤ ਸਾਰੇ ਕਾਰਨ ਆ ਜਾਂ ਇਸ ਦਿੱਕਤ ਨੂੰ ਆਪਾਂ ਕਿਸ ਤਰ੍ਹਾਂ ਆਪਣੇ ਫਾਰਮ ਤੇ ਰੋਕ ਸਕਦੇ ਆ ਬਹੁਤ ਸਾਰੀਆਂ ਚੀਜ਼ਾਂ ਆਪਾਂ ਆਪਣੇ ਫਾਰਮ ਤੇ ਰੁਟੀਨ ਦੇ ਵਿੱਚ ਦੇਖ ਸਕਦੇ ਆ ਜਿਸ ਨਾਲ ਅਸੀਂ ਇਸ ਬਿਮਾਰੀ ਨੂੰ ਹੋਣ ਤੋਂ ਆਪਣੇ ਫਾਰਮ ਤੇ ਪਹਿਲਾਂ ਹੀ ਰੋਕ ਸਕਦੇ ਆ ਜੇ ਆਪਾਂ ਇਸ ਬਿਮਾਰੀ ਦੇ ਰੋਕਣ ਦੀ ਗੱਲ ਕਰੀਏ ਤਾਂ ਇੱਕ ਆਪਾਂ ਲਿਮਨਸ ਸਕੋਰਿੰਗ ਦੀ ਗੱਲ ਕਰਦੇ ਆ ਲੇਮਨ ਸਕੋਰ ਦੇ ਵਿੱਚ ਕੀ ਆ ਸਭ ਤੋਂ ਪਹਿਲਾਂ ਤਾਂ ਆਪਾਂ ਪਸ਼ੂ ਨੂੰ ਰੂਟੀਨ ਚ ਚੈੱਕ ਅਪ ਕਰਦੇ ਆ ਜਿੱਥੇ ਪਸ਼ੂ ਖੁੱਲੇ ਹੁੰਦੇ ਆ ਜਾਂ ਮਿਲਕਿੰਗ ਪਾਰਲਰ ਬਣਿਆ ਜਿੱਥੇ ਪਸ਼ੂ ਆਰਾਮ ਨਾਲ ਤੁਰੇ ਫਿਰਦੇ ਆ ਤਾਂ ਦੁੱਧ ਤਿਚਵਾਈ ਦੇ ਬਾਅਦ ਚ ਆਪਾਂ ਦੇਖਦੇ ਆ ਕਿ ਸਾਡਾ ਪਸ਼ੂ ਨਾਰਮਲ ਚਾਲ ਦੇ ਵਿੱਚ ਆ ਰਿਹਾ ਉਹਦੀ ਜਿਹੜੀ ਤੁਰਨ ਦੀ ਸਪੀਡ ਆ ਠੀਕ ਆ ਉਸ ਤੋਂ ਬਾਅਦ ਕੀ ਉਹਦੀ ਚਾਰੇ ਆਪਣੇ ਪੈਰਾਂ ਦੇ ਉੱਤੇ ਜੋ ਪਸ਼ੂ ਭਾਰ ਪਾ ਰਿਹਾ ਉਹ ਠੀਕ ਹੈ ਇਸ ਤੋਂ ਇਲਾਵਾ ਉਹ ਆਪਣੀ ਜਿਹੜੀ ਰੀਡ ਦੀ ਹੱਡੀ ਆ ਉਹ ਸਿੱਧੀ ਕਰਕੇ ਚੱਲਦਾ ਕਿ ਕੁੱਬ ਪੈਣਾ ਸ਼ੁਰੂ ਹੋ ਗਿਆ ਇਸ ਤੋਂ ਇਲਾਵਾ ਕੀ ਜਿਹੜਾ ਸਾਡਾ ਪਸ਼ੂ ਆ ਉਹ ਚੱਲਣ ਵੇਲੇ ਆਪਣਾ ਸਿਰ ਠੀਕ ਤਰੀਕੇ ਨਾਲ ਰੱਖ ਰਿਹਾ ਜੇ ਸਾਡਾ ਪਸ਼ੂ ਥੱਲੇ ਵਾਲੇ ਪਾਸੇ ਦੇਖ ਕੇ ਚੱਲਦਾ ਨਿਕਲ ਜੀ ਤਾਂ ਉਹ ਥੋੜੀ ਥੋੜੀ ਇੰਡੀਕੇਸ਼ਨ ਹੁੰਦੀ ਆ ਵੀ ਉਹਦੀਆਂ ਮੂਰਲੀਆਂ ਲੱਤਾਂ ਦੇ ਵਿੱਚ ਦਿੱਕਤ ਆਉਣੀ ਸਟਾਰਟ ਹੋ ਗਈ ਆ ਜਾਂ ਸਰੀਰ ਦਾ ਜ ਆਪਣਾ ਜਿਹੜਾ ਸਹਰਾ ਉੱਪਰ ਚੱਕ ਕੇ ਚੱਲਦਾ ਤਾਂ ਵੀ ਸਾਨੂੰ ਪਤਾ ਲੱਗਦਾ ਵੀ ਇਹ ਇਹ ਲੇਮਨੈਸ ਤੋਂ ਜਾਂ ਲੰਗੜੇਪਨ ਤੋਂ ਗ੍ਰਸਤ ਹੋਣ ਵਾਲਾ ਹੈ ਇਸ ਲਈ ਲੇਮਨੈਸ ਸਕੋਰਿੰਗ ਦੀ ਗੱਲ ਜੇ ਆਪਾਂ ਕਰੀਏ ਤਾਂ ਆਪਾਂ 1 ਤੋਂ ਲੈ ਕੇ 5 ਤੱਕ ਲੇਮਨੈਸ ਸਕੋਰਿੰਗ ਕਰਦੇ ਹਾਂ 1 ਦੇ ਵਿੱਚ ਕੀ ਹੈ ਕਿ ਜਿਹੜੇ ਸਾਡੇ ਜਾਨਵਰ ਆ ਉਹ ਬਿਲਕੁਲ ਨ ਕਬਨ ਬਿਲਕੁਲ ਸਿੱਧੀ ਹੁੰਦੀ ਹੈ ਕਿਸੇ ਤਰ੍ਹਾਂ ਦਾ ਕੋਈ ਸਿੰਪਟਮ ਨਹੀਂ ਜਿਹੜਾ ਕਿ ਸਾਡੇ ਪਸ਼ੂਆਂ ਨੂੰ ਚਾਹੀਦਾ ਇਸ ਤੋਂ ਇਲਾਵਾ ਲੇਮਨਸ 2 ਦੇ ਵਿੱਚ ਕੀ ਹੈ ਸਾਡੇ ਪਸ਼ੂ ਨਾਰਮਲ ਖੜਦੇ ਆ ਨਾਰਮਲ ਖਾਂਦੇ ਪੀਂਦੇ ਆ ਪਰ ਚੱਲਣ ਵੇਲੇ ਹਲਕਾ ਜਿਹਾ ਕੁੱਬ ਆਪਣੀ ਢੂਈ ਚ ਪਾਉਣਾ ਸਟਾਰਟ ਕਰ ਦਿੰਦੇ ਆ ਜਿਹੜਾ ਕਿ ਇੰਡੀਕੇਸ਼ਨ ਆ ਵੀ ਸਾਡੇ ਫਾਰਮ ਤੇ ਲੇਮਨਸ ਜਾਂ ਲੰਗੜਾਪਨ ਆ ਰਿਹਾ ਇਸ ਤੋਂ ਇਲਾਵਾ ਜਿਹੜਾ ਤੀਜਾ ਲੇਮਨਸ ਸਕੋਰ ਆ ਉਸ ਵਿੱਚ ਸਾਡੇ ਪਸ਼ੂ ਜਿਹੜੇ ਉਹ ਚੱਲਣ ਵੇਲੇ ਵੀ ਤੇ ਖੜਨ ਸਮੇਂ ਵੀ ਹਲਕਾ ਹਲਕਾ ਰੀਡ ਦੀ ਹੱਡੀ ਦੇ ਵਿੱਚ ਕੁੱਬ ਪਾਉਣਾ ਸਟਾਰਟ ਕਰ ਦਿੰਦੇ ਆ ਇਸੇ ਤਰ੍ਹਾਂ ਚੌਥਾ ਸਕੋਰ ਹੈ ਜਿਦੇ ਵਿੱਚ ਸਾਡੇ ਪਸ਼ੂ ਬਿਲਕੁਲ ਹੀ ਚੱਲਣ ਨੂੰ ਨੈਗਲੈਕਟ ਵੀ ਕਰਦੇ ਆ ਔਰ ਉਹ ਲੇਮਨੈਸ ਦਾ ਸ਼ਿਕਾਰ ਹੋ ਜਾਂਦੇ ਆ ਜਿਹੜਾ ਪੰਜਵਾਂ ਲੇਮਨਸ ਦਾ ਸਕੋਰ ਆਪਾਂ ਲੈਣੇ ਆ ਉਹਦੇ ਵਿੱਚ ਪਸ਼ੂ ਇੰਜ ਫੀਲ ਹੁੰਦਾ ਵੀ ਜਿਸ ਤਰ੍ਹਾਂ ਪਸ਼ੂ ਦੀ ਕਿਸੇ ਲੈਗ ਤੇ ਇੰਜਰੀ ਹੋ ਗਈ ਹੈ ਪਸ਼ੂ ਚੱਲਣ ਨੂੰ ਵੀ ਠੀਕ ਨਹੀਂ ਮੰਨਦਾ ਔਰ ਪਸ਼ੂ ਜ਼ਿਆਦਾਤਰ ਬਹਿਣਾ ਪਸੰਦ ਕਰਦਾ ਔਰ ਉਹਦੇ ਚੱਲਣ ਦੇ ਸਮੇਂ ਉਹਦੇ ਸਰੀਰ ਦੇ ਵਿੱਚ ਕਾਫੀ ਮੁਸ਼ਕਲ ਆਉਂਦੀ ਹੈ ਉਹ ਆਪਣੀ ਚਾਲ ਨੂੰ ਵੀ ਚੇਂਜ ਕਰਦਾ ਇਹ ਸਾਰੀਆਂ ਚੀਜ਼ਾਂ ਦਾ ਆਪਾਂ ਨੂੰ ਆਪਣੇ ਫਾਰਮ ਤੇ ਧਿਆਨ ਰੱਖਣਾ ਚਾਹੀਦਾ ਇਸ ਤੋਂ ਇਲਾਵਾ ਜਿਹੜਾ ਆਪਾਂ ਇਸ ਨੂੰ ਰੋਕ ਜਾਂ ਰੋਕਥਾਮ ਜਾਂ ਕਿਵੇਂ ਕਰ ਸਕਦੇ ਆ ਰੂਟੀਨ ਦੇ ਵਿੱਚ ਆਪਾਂ ਨੂੰ ਚੈੱਕਅਪ ਕਰਨਾ ਚਾਹੀਦਾ ਸਾਡੇ ਪਸ਼ੂ ਠੀਕ ਠਾਕ ਆ ਇਸ ਤੋਂ ਇਲਾਵਾ ਜਿੱਥੇ ਮਿਲਕਿੰਗ ਪਾਰਲਰ ਲੱਗਾ ਹੋਇਆ ਉੱਥੇ ਸਾਨੂੰ ਫੁੱਟ ਬਾਥ ਜ਼ਰੂਰ ਰੱਖਣਾ ਚਾਹੀਦਾ ਜਿਹੜੀ ਹੂਫਤੀ ਆ ਟ੍ਰੀਮਿੰਗ ਸਮੇਂ ਸਿਰ ਕਰਾਉਣੀ ਚਾਹੀਦੀ ਹੈ ਆਪਣੇ ਪਸ਼ੂਆਂ ਦੇ ਖਾਣੇ ਦੇ ਵਿੱਚ ਧਾਤਾਂ ਦੇ ਚੂਰੇ ਅਤੇ ਖਣਿਜ ਦੀ ਜਿਹੜੀ ਹੈ ਉਹ ਪੂਰੀ ਮਾਤਰਾ ਪਸ਼ੂ ਨੂੰ ਦੇਣੀ ਚਾਹੀਦੀ ਹੈ ਇਸ ਤੋਂ ਇਲਾਵਾ ਜਿਹੜਾ ਆਪਾਂ ਪਸ਼ੂ ਨੂੰ ਟੀਐਮਆਰ ਦੇ ਰਹੇ ਆ ਜਿਹਨੂੰ ਕਹਿੰਦੇ ਆ ਟੋਟਲ ਮਿਕਸ ਰਾਸ਼ਨ ਉਹਦੇ ਖਾਸ ਕਰਕੇ ਉਹਦੀ ਉੱਲੀ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਜਿਹਨੂੰ ਅਫਲਾਟੌਕਸਿਨ ਕਹਿੰਦੇ ਆ ਜੇਕਰ ਆਪਣੇ ਟੀਐਮਆਰ ਦੀ ਉੱਲੀ ਜ਼ਿਆਦਾ ਵਧੀ ਹੋਈ ਆ ਤਾਂ ਉਹ ਸਾਡੇ ਪਸ਼ੂਆਂ ਦੇ ਵਿੱਚ ਇਸ ਬਿਮਾਰੀ ਨੂੰ ਕਰਨ ਦੇ ਵਿੱਚ ਜਿਆਦਾ ਪ੍ਰਮੋਟ ਕਰਦਾ ਇਹ ਇਹ ਸਾਰੀਆਂ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਤਾਂ ਕਿ ਅਸੀਂ ਪਸ਼ੂਆਂ ਨੇ ਇਸ ਬਿਮਾਰੀ ਤੋਂ ਬਚਾ ਸਕੀਏ ਪਰ ਇੱਥੇ ਡਾਕਟਰ ਸਾਹਿਬ ਜੇ ਕਈ ਕਿਸਾਨ ਵੀਰ ਅਣਗਹਿਲੀ ਕਰਦੇ ਨੇ ਖੁਰਾਂ ਦਾ ਧਿਆਨ ਨਹੀਂ ਰੱਖਦੇ ਤੇ ਪਸ਼ੂਆਂ ਨੂੰ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਆ ਸਕਦੀਆਂ ਨੇ ਤੇ ਉਹਦੇ ਪ੍ਰਮੁੱਖ ਕਾਰਨ ਜਿਹੜੇ ਨੇ ਉਹ ਕੀ ਨੇ ਜਿੰਨੀ ਜਲਦੀ ਸਾਡੇ ਕਿਸਾਨ ਵੀਰ ਇਸ ਬਿਮਾਰੀ ਨੂੰ ਪਛਾਣ ਸਕਦੇ ਆ ਉਨੀ ਜਲਦੀ ਹੀ ਇਸ ਨੂੰ ਇਸ ਸਮੱਸਿਆ ਨੂੰ ਬਿਮਾਰੀ ਬਣ ਤੋਂ ਰੋਕ ਸਕਦੇ ਆ ਕਿਉਂਕਿ ਇਹ ਇੱਕ ਸਮੱਸਿਆ ਹੈ ਇਹ ਸਾਡੇ ਫਾਰਮ ਤੇ ਆਈ ਜੇ ਸਮੇਂ ਸਿਰ ਅਸੀਂ ਇਹਨੂੰ ਪਛਾਣਦੇ ਆ ਤਾਂ ਫਿਰ ਇਹ ਬਿਮਾਰੀ ਨਹੀਂ ਬਣਦੀ ਇਹ ਸਮੱਸਿਆ ਨੂੰ ਅਸੀਂ ਠੀਕ ਕਰ ਸਕਦੇ ਆ ਪਰ ਜਿਆਦਾ ਬਿਮਾਰੀ ਬਣ ਗਈ ਫਿਰ ਬਹੁਤ ਸਾਰੀਆਂ ਬਿਮਾਰੀਆਂ ਹੋਰਾਂ ਨੂੰ ਸੱਦਾ ਦੇਊਗੀ ਜਿਸ ਤਰ੍ਹਾਂ ਸਭ ਤੋਂ ਪਹਿਲਾਂ ਤਾਂ ਜੇ ਪਸ਼ੂ ਨੂੰ ਇਹ ਲੇਮਨੈਸ ਦੀ ਦਿੱਕਤ ਆ ਗਈ ਉਹਦੇ ਖੁਰ ਖਰਾਬ ਹੋ ਗਏ ਤਾਂ ਪਸ਼ੂ ਸਭ ਤੋਂ ਪਹਿਲਾਂ ਆਪਣਾ ਦੁੱਧ ਘਟਾਊਗਾ ਦੁੱਧ ਕਿਉਂ ਘਟਾਊਗਾ ਕਿਉਂਕਿ ਪਸ਼ੂ ਨੇ ਸਾਡੇ ਨੇ ਪੂਰਾ ਇਨਟੇਕ ਨਹੀਂ ਲੈਣਾ ਜੋ ਵੀ ਅਸੀਂ ਉਹਨੂੰ ਰਾਸ਼ਨ ਦੇ ਰਹੇ ਹਾਂ ਉਹਨੇ ਪੂਰਾ ਖਾਣਾ ਨਹੀਂ ਉਹਦਾ ਧਿਆਨ ਕਿਤੇ ਨਾ ਕਿਤੇ ਆਪਣੀ ਤਕਲੀਫ ਵੱਲ ਚਲਾ ਜਾਂਦਾ ਜਿਸ ਕਰਕੇ ਦੁੱਧ ਘਟਣਾ ਸਟਾਰਟ ਹੋ ਜਾਣਾ ਦੂਸਰਾ ਰਿਪੀਟ ਬਰੀਡਿੰਗ ਜਿਹਨੂੰ ਆਪਾਂ ਕਹਿੰਦੇ ਆ ਪਸ਼ੂ ਸਾਡੇ ਬਾਰ-ਬਾਰ ਫਿਰਦੇ ਆ ਉਹ ਵੀ ਇੱਕ ਕਾਰਨ ਬਣਦਾ ਇਹ ਲੇਮਨੇਸ ਉਹਦਾ ਕਿਉਂਕਿ ਜਦ ਸਾਡੇ ਪਸ਼ੂ ਨੂੰ ਇਹ ਬਿਮਾਰੀ ਹੋ ਗਈ ਤਾਂ ਸਾਈਕੋਲੋਜੀਕਲੀ ਪਸ਼ੂ ਨੂੰ ਇਹ ਮਹਿਸੂਸ ਹੁੰਦਾ ਵੀ ਮੈਂ ਬੱਚਾ ਦੇਣ ਦੇ ਕਾਬਿਲ ਨਹੀਂ ਰਿਹਾ ਕਿਉਂਕਿ ਮੈਂ ਤਕਲੀਫ 'ਚ ਚਲਾ ਗਿਆ ਔਰ ਉਹ ਪਸ਼ੂ ਜਿਹੜਾ ਹੈਗਾ ਉਹ ਖਾਣਾ ਪੀਣਾ ਵੀ ਘੱਟ ਕਰੂਗਾ ਉਹਦੇ ਨਾਲ ਉਹਦੇ ਮਿਨਰਲ ਡੈਫੀਸ਼ੀਐਂਸੀ ਜਾਂ ਹੋਰ ਦਿੱਕਤਾਂ ਵੀ ਆਉਣਗੀਆਂ ਪਰ ਸਾਈਕੋਲੋਜੀਕਲੀ ਜੋ ਹਾਰਮੋਨ ਰਿਲੀਜ਼ ਹੋਣੇ ਆਂ ਸ਼ਰੀਰ ਦੇ ਵਿੱਚ ਜਾਂ ਜਿਹੜੀਆਂ ਹੋਰ ਰਿਸਾਬ ਹੋਣੇ ਆ ਇੱਕ ਤੰਦਰੁਸਤ ਪਸ਼ੂ ਦੇੋਂ ਬੱਚਾ ਪੈਦਾ ਕਰਨ ਲਈ ਉਹ ਚੀਜ਼ਾਂ ਦੀ ਕਮੀ ਹੋਣ ਕਰਕੇ ਇਹ ਵੀ ਸਾਡੇ ਦਿੱਕਤ ਆ ਜਾਂਦੀ ਹੈ ਇਸ ਤੋਂ ਇਲਾਵਾ ਪਸ਼ੂਆਂ ਦੇ ਵਿੱਚ ਮਸਟਾਈਟਸ ਦੀ ਦਿੱਕਤ ਆ ਜਾਂਦੀ ਹੈ ਕਿਉਂਕਿ ਪਸ਼ੂ ਨੇ ਜ਼ਿਆਦਾਤਰ ਕੋਸ਼ਿਸ਼ ਕਰਨੀ ਹੈ ਵੀ ਥੱਲੇ ਬੈਠੇ ਰਹਾ ਨਾ ਖੜਾ ਨਾ ਹੋਵਾ ਜਦੋਂ ਪਸ਼ੂ ਸਾਡਾ ਕਿਸੇ ਗੰਦੇ ਗੋਬਰ ਤੇ ਜਾਂ ਗੰਦੀ ਜਗ੍ਹਾ ਤੇ ਜਾ ਕੇ ਬੈਠੂਗਾ ਤਾਂ ਮਸਟਾਈਟਸ ਹੋਣ ਦੇ ਵੀ ਚਾਂਸਸ ਹੋਰ ਵੱਧ ਜਾਂਦੇ ਆ ਤੇ ਲਾਸਟ ਵਿੱਚ ਰਹਿ ਗਿਆ ਜੇ ਸਾਡਾ ਪਸ਼ੂ ਪਰਮਾਨੈਂਟਲੀ ਲੇਮ ਹੋ ਗਿਆ ਜੇ ਸਾਡਾ ਪਸ਼ੂ ਪਰਮਾਨੈਂਟਲੀ ਲੇਮ ਹੋ ਗਿਆ ਤਾਂ ਉਹ ਸਾਡੇ ਲਈ ਸਿਰਫ ਇੱਕ ਖਰਚ ਹੀ ਰਹਿ ਗਿਆ ਕਿਉਂਕਿ ਪਰਮਾਨੈਂਟ ਪਸ਼ੂ ਸਾਡੇ ਫਾਰਮ ਤੇ ਕਿਸੇ ਵੀ ਤਰ੍ਹਾਂ ਦੀ ਉਹਨੇ ਕੋਈ ਪ੍ਰੋਡਕਟਿਵਿਟੀ ਨਹੀਂ ਦੇਣੀ ਤੇ ਹੌਲੀ-ਹੌਲੀ ਉਹ ਸਾਡਾ ਇੱਕ ਅਜੇਹਾ ਪਸ਼ੂ ਬਣ ਗਿਆ ਨਾ ਅਸੀਂ ਕਿਸੇ ਨੂੰ ਵੇਚ ਸਕਦੇ ਆ ਨਾ ਉਹਦੇ ਤੋਂ ਅਸੀਂ ਕੋਈ ਪ੍ਰੋਡਕਸ਼ਨ ਲੈ ਸਕਦੇ ਆ ਤੇ ਬਿਲਕੁਲ ਉਹ ਇੱਕ ਲਾਇਬਿਲਿਟੀ ਮੈਨੂੰ ਲੱਗਦਾ ਫਿਰ ਬਣ ਜਾਂਦੇ ਨੇ ਤੇ ਡਾਕਟਰ ਸਾਹਿਬ ਇੱਥੇ ਵੀ ਲਾਇਕ ਛੋਟੇ ਜਿਹੇ ਬ੍ਰੇਕ ਦਾ ਹੈ

ਦੇ ਡਾਕਟਰ ਸਾਹਿਬ ਹੁਣ ਕਿਸਾਨ ਵੀਰ ਨਾਲ ਅਸੀਂ ਸਿੱਧਾ ਸੰਪਰਕ ਸਾਧਾਂਗੇ ਕਾਲ ਦੇ ਜ਼ਰੀਏ ਪਹਿਲੇ ਕਿਸਾਨ ਵੀਰ ਸਾਡਲ ਜੁੜ ਚੁਕੇ ਨੇ ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਆ ਹਾਂਜੀ ਕੀ ਨਾਜੀ ਤੁਹਾਡਾ ਕਿੱਥੋਂ ਬੋਲ ਰਹੇ ਹੋ ਹਾਂਜੀ ਅਸੀਂ ਬੋਲਦੇ ਆ ਜੀ ਕਾਲਮਾ ਤੋਂ ਕਰਤਾਰਪੁਰ ਲਾਗੇ ਪਿੰਡ ਆ ਜੀ ਜਗਤਾਰ ਸਿੰਘ ਬੋਲਦੇ ਜਗਤਾਰ ਡੈਰੀ ਫਾਰਮ ਤੋਂ ਜੀ ਜਗਤਾਰ ਜੀ ਆਪਣਾ ਸਵਾਲ ਪੁੱਛੋ ਸਰ ਜਿਹੜੀ ਤੁਸੀਂ ਆ ਖੁਰਾਂ ਬਾਰੇ ਗੱਲ ਕਰਦੇ ਸੀਗੇ ਵੀ ਇਹ ਖੁਰਾਂ ਦੀ ਕਟਿੰਗ ਜਿਹੜੀ ਆ ਉਹ ਕਿੰਨੇ ਕਿੰਨੇ ਟਾਈਮ ਬਾਅਦ ਕਰਾਉਣੀ ਚਾਹੀਦੀ ਆ ਜੀ ਜਿਹੜੀ ਪਸ਼ੂਆਂ ਦੇ ਖੁਰ ਬਣਾਉਣੇ ਚਾਹੀਦੇ ਸਾਨੂੰ ਤਾਂ ਜਿਹੜੇ ਪਸ਼ੂ ਸਾਡੇ ਹਾਈ ਯੀਲਡਰ ਆ ਉਹਨਾਂ ਪਸ਼ੂਆਂ ਦੇ ਖੁਰ ਸਾਨੂੰ ਸਾਲ 'ਚ ਤਿੰਨ ਵਾਰ ਥੋੜਾ ਦੁੱਧ ਜਿਹੜੇ ਘਟ ਦਿੰਦੇ ਆ ਉਹਨਾਂ ਦੇ ਦੋ ਵਾਰ ਜੇ ਆਪਾਂ ਮੋٹے ਤੌਰ ਤੇ ਗੱਲ ਕਰੀਏ ਤਾਂ ਘੱਟ ਤੇ ਘੱਟ ਸਾਨੂੰ ਸਾਲ 'ਚ ਦੋ ਵਾਰ ਆਪਣੇ ਪਸ਼ੂਆਂ ਦੇ ਖੁਰ ਜਿਹੜੇ ਆ ਉਹ ਕਿਸੇ ਐਕਸਪਰਟ ਬੰਦੇ ਤੋਂ ਜ਼ਰੂਰ ਬਣਾਉਣੇ ਚਾਹੀਦੇ ਆ ਇਹਦੇ ਵਿੱਚ ਇੱਕ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਜਿਹੜਾ ਬੰਦਾ ਖੁਰਾਂ ਦਾ ਕੰਮ ਕਰਦਾ ਉਸ ਤੋਂ ਹੀ ਖੁਰ ਬਣਵਾਓ ਕਿਉਂਕਿ ਖੁਰ ਜ਼ਿਆਦਾ ਜਾਂ ਥੋੜੇ ਵੱਢਣ ਘਟਣ ਨਾਲ ਵੀ ਜਿਹੜੀ ਖੁਰਾਂ ਦੀ ਸਮੱਸਿਆ ਹੋ ਸਕਦੀ ਹੈ ਦੂਸਰਾ ਮੈਂ ਦੱਸਣਾ ਚਾਹੂੰਗਾ ਵੀ ਸਾਡੇ ਪਸ਼ੂਆਂ ਦੇ ਵਿੱਚ ਖੁਰ ਵਧਦੇ ਕਿਉਂ ਆ ਜਾਂ ਖੁਰਾਂ ਨਾਲ ਸੰਬੰਧਿਤ ਬਿਮਾਰੀਆਂ ਕਿਉਂ ਹੁੰਦੀਆਂ ਇਹਦੇ ਵਿੱਚ ਦੋ ਚਾਰ ਮੋਟੀਆਂ-ਮੋਟੀਆਂ ਗੱਲਾਂ ਦਾ ਧਿਆਨ ਰੱਖਣਾ ਜੇ ਸਾਡੇ ਪਸ਼ੂਆਂ ਦੇ ਖੁਰ ਬਾਰ-ਬਾਰ ਵੱਧ ਰਹੇ ਆ ਉਹਦਾ ਮੋਟਾ ਜਿਹਾ ਕਾਰਨ ਹੋ ਸਕਦਾ ਵੀ ਸਾਡੇ ਜਿਹੜਾ ਅਸੀਂ ਪਸ਼ੂਆਂ ਨੂੰ ਖਾਣਾ ਦੇ ਰਹੇ ਆ ਉਹਦੇ ਵਿੱਚ ਖਣਿਜਾਂ ਜਾਂ ਧਰਤਾਂ ਦੇ ਚੂਰੇ ਦੀ ਕਮੀ ਹੋ ਸਕਦੀ ਹੈ ਇਹਦੇ ਵਿੱਚ ਕੈਲਸ਼ੀਅਮ ਹੋ ਗਿਆ ਕਾਪਰ ਹੋ ਗਿਆ ਜ਼ਿੰਕ ਹੋ ਗਿਆ ਜਾਂ ਵਿਟਾਮਿਨ ਐਚ ਹੋ ਗਿਆ ਇਨਾਂ ਦੀ ਮਾਤਰਾ ਸਾਨੂੰ ਪਸ਼ੂਆਂ ਨੂੰ ਹਮੇਸ਼ਾ ਬੈਲੈਂਸ ਦੇਣੀ ਚਾਹੀਦੀ ਹੈ ਉਹ ਤਾਂ ਕਿ ਉਹਨਾਂ ਦੇ ਵਿੱਚ ਇਹਨਾਂ ਚੀਜ਼ਾਂ ਦੀ ਪੂਰਤੀ ਹੋ ਸਕੇ ਦੂਸਰਾ ਇਹ ਸਮੱਸਿਆ ਜਿਹੜੇ ਬੰਨੇ ਹੋਏ ਪਸ਼ੂ ਆ ਉਹਨਾਂ 'ਚ ਜ਼ਿਆਦਾ ਆਉਂਦੀ ਹੈ ਕਿਉਂਕਿ ਪਸ਼ੂ ਨੂੰ ਅਸੀਂ ਇੱਕ ਜਗ੍ਹਾ ਤੇ ਬੰਨਤਾ ਤਾਂ ਪਸ਼ੂ ਕਈ ਵਾਰ ਸ਼ੋਅ ਹੀ ਨਹੀਂ ਕਰ ਪਾਉਂਦਾ ਕਿ ਜਿੱਦਾਂ ਆਪਾਂ ਲੇਮਨ ਸਕੋਰਿੰਗ ਦੀ ਗੱਲ ਕੀਤੀ ਹੈ ਪਹਿਲੇ ਦੂਜੇ ਤੀਜੇ ਜਾਂ ਪਤਾ ਨਹੀਂ ਲੱਗਦਾ ਆਪਾਂ ਨੂੰ ਵੀ ਸਾਡਾ ਪਸ਼ੂ ਇਸ ਦਿੱਕਤ ਤੋਂ ਗ੍ਰਸਤ ਹੋ ਗਿਆ ਕਿਉਂਕਿ ਪਿਛਲੇ ਸਮੇਂ 'ਚ ਨikhil ji ਕੀ ਹੁੰਦਾ ਸੀ ਬਾਹਰ ਚਰਾਉਂਦਾ ਹੁੰਦੀਆਂ ਸੀ ਸਾਡੇ ਪਸ਼ੂ ਬਾਹਰ ਚਰਨ ਜਾਂਦੇ ਸੀ ਤੇ ਸਾਡੇ ਨੇਚਰਲ ਤਰੀਕੇ ਨਾਲ ਜਿਹੜੇ ਨੌ ਪਸ਼ੂਆਂ ਦੇ ਪੈਰ ਆ ਉਹ ਕੱਸਦੇ ਰਹਿੰਦੇ ਸੀ ਸਾਨੂੰ ਖੁਰ ਬਣਾਉਣ ਤੋਂ ਲੰਮਾ ਸਮਾਂ ਨਾ ਵੀ ਬਣਾਇਤਾ ਸਰ ਜਾਂਦਾ ਸੀ ਦੂਸਰਾ ਸੀਗਾ ਪਸ਼ੂ ਚੱਲਦਾ ਚੱਲਦਾ ਆਪਣੇ ਆਪ ਹੀ ਦੱਸ ਦਿੰਦਾ ਸੀ ਵੀ ਮੇਰੇ 'ਚ ਕੋਈ ਦਿੱਕਤ ਆ ਇਸ ਦਾ ਸਮਿਆਂ ਦੇ ਵਿੱਚ ਪਸ਼ੂ ਬੰਨੇ ਹੋਏ ਆ ਤੇ ਪਸ਼ੂ ਕਈ ਵਾਰ ਦੱਸ ਹੀ ਨਹੀਂ ਪਾਉਂਦੇ ਵੀ ਮੈਨੂੰ ਇਹ ਦਿੱਕਤ ਹੋ ਰਹੀ ਆ ਤੇ ਸਾਨੂੰ ਪਤਾ ਹੀ ਉਦੋਂ ਲੱਗਦਾ ਜਦੋਂ ਪਸ਼ੂ 'ਚ ਇਹ ਬਿਮਾਰੀ ਦੇ ਰੂਪ 'ਚ ਸਾਡੇ ਸਾਹਮਣੇ ਆ ਜਾਂਦੀ ਆ ਅ ਇਹਨਾਂ ਚੀਜ਼ਾਂ ਦਾ ਅਸੀਂ ਧਿਆਨ ਰੱਖਾਂਗੇ ਆ ਸਾਡੇ ਪਸ਼ੂਆਂ ਦੇ ਖੁਰਜੇ ਤੰਦਰੁਸਤ ਰਹਿਣਗੇ ਤੇ ਪਸ਼ੂ ਆਪਣੇ ਆਪ ਵੀ ਤੰਦਰੁਸਤ ਰਹਿਣਗੇ ਬਿਲਕੁਲ ਇਸੇ ਲਈ ਅੱਜ ਦਾ ਜਿਹੜਾ ਵਿਸ਼ਾ ਅਸੀਂ ਚੁਣਿਆ ਹੈ ਤਾਂ ਕਿ ਖੁਰਜੇ ਉਹਨਾਂ ਦੀ ਸਿਹਤ ਦਾ ਅਸੀਂ ਧਿਆਨ ਰੱਖਾਂਗੇ ਤੇ ਪਸ਼ੂ ਤੰਦਰੁਸਤ ਜ਼ਰੂਰ ਰਹਿਣਗੇ ਤੇ ਡਾਕਟਰ ਸਾਹਿਬ ਉਹਨਾਂ ਅਗਰੇ ਕਿਸਾਨ ਵੀਰ ਸਾਡਾ ਨਾਲ ਜੁੜ ਚੁੱਕੇ ਨੇ ਉਹਨਾਂ ਦਾ ਸਵਾਲ ਕੀ ਹੈ ਉਹ ਵੀ ਜਾਣਦੇ ਹਾਂ ਜੀ ਕੀ ਨਾ ਜੀ ਤੁਹਾਡਾ ਕਿੱਥੋਂ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਜੰਟ ਬੋਲ ਰਿਹਾ ਜੀ ਜਿਲ੍ਹਾ ਮੋਗੇ ਤੋਂ ਇਹ ਸਵਾਲ ਡਾਕਟਰ ਸਾਹਿਬ ਨੂੰ ਡਾਕਟਰ ਸਾਹਿਬ ਪਸ਼ੂਆਂ ਦੇ ਖਾਣ ਵਾਲਾ ਰਾਸ਼ਨ ਬਣਾਉਣ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਕਿ ਲੰਗੜੇਪਨ ਦੀ ਸਮੱਸਿਆ ਤੋਂ ਬਚਿਆ ਜਾ ਸਕੇ ਜਿਹੜਾ ਪਸ਼ੂਆਂ ਦਾ ਆਪਾਂ ਰਾਸ਼ਨ ਬਣਾਉਨੇ ਆ ਇਹ ਬਹੁਤ ਹੱਦ ਤੱਕ ਇੱਕ ਰੋਲ ਪਲੇ ਕਰਦਾ ਵੀ ਪਸ਼ੂਆਂ ਦੇ ਵਿੱਚ ਲੰਗੜੇਪਨ ਦੀ ਦਿੱਕਤ ਨਾ ਆਵੇ ਕਿਉਂਕਿ ਇੱਕ ਬੈਸਲ ਜਿਹੜਾ ਬੈਲੈਂਸ ਰਾਸ਼ਨ ਬਣਾਵਾਂਗੇ ਉਹ ਇਸ ਸਮੱਸਿਆ ਤੋਂ ਸਾਨੂੰ ਬਚਾ ਸਕਦਾ ਉਹਨਾਂ ਦੇ ਰਾਸ਼ਨ ਵਿੱਚ ਧਿਆਨ ਰੱਖਣਯੋਗ ਆ ਕਿ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਖਣਿਜਾਂ ਅਤੇ ਧਾਤਾਂ ਦੇ ਚੂਰੇ ਦੀ ਪੂਰਤੀ ਹੋਵੇ ਕਣੰਜਾ ਦੇ ਧਾਤਾਂ ਦੇ ਚੂਰੇ ਨੂੰ ਆਪਾਂ ਪਸ਼ੂਆਂ ਨੂੰ ਦੇਣਾ ਕਿਵੇਂ ਆ ਅਸੀਂ ਪਿੰਡਾਂ 'ਚ ਆਮ ਤੌਰ ਤੇ ਦੇਖਦੇ ਆ ਕਿ ਜਟਕੇ ਤਰੀਕੇ ਨਾਲ ਸਾਡੇ ਕਿਸਾਨ ਵੀਰ ਕੀ ਕਰਦੇ ਆ ਵੀ ਅਸੀਂ ਜੀ ਇੱਕ ਕੋਲੀ ਨਾਪੀ ਹੋਈ ਆ ਜਾਂ ਅਸੀਂ ਮੁਠੀ ਭਰ ਕੇ ਸਾਰਿਆਂ ਨੂੰ ਮਿਨਰਲ ਮਿਕਸਚਰ ਪਾ ਦਈਦਾ ਜੀ ਉਹ ਮੁਠੀ ਭਰ ਕੇ ਇੱਕ 5 ਕੁਇੰਟਲ ਦੀ ਗਾਵਾਂ ਇੱਕ 7 ਕੁਇੰਟਲ ਦੀ ਗਾਵਾਂ ਜਾਂ ਇੱਕ ਦੁੱਧ ਦੇਣ ਵਾਲੀ ਆ ਨਹੀਂ ਦੁੱਧ ਦੇਣ ਵਾਲੀ ਤਾਂ ਜਿਹੜੇ ਧਾਂਤਾਂ ਦੇ ਚੂਰੇ ਜਾਂ ਖਰੰਜ ਹੈ ਇਹਨਾਂ ਦੀ ਰਿਕੁਆਇਰਮੈਂਟ ਪਸ਼ੂ ਨੂੰ ਪਸ਼ੂ ਦੇ ਬੋਡੀ weight ਦੇ ਹਿਸਾਬ ਨਾਲ ਅਤੇ ਪਸ਼ੂ ਦੇ ਦੁੱਧ ਉਤਪਾਦਨ ਦੇ ਹਿਸਾਬ ਨਾਲ ਸਾਨੂੰ ਦੇਣੀ ਚਾਹੀਦੀ ਹੈ ਕਿਉਂਕਿ ਜਿਹੜਾ ਪਸ਼ੂ ਜ਼ਿਆਦਾ ਦੁੱਧ ਦਿੰਦਾ ਉਹ ਜ਼ਿਆਦਾ ਇਸ ਚੀਜ਼ ਦੀ ਕਮੀ ਹੁੰਦੀ ਉਸ ਪਸ਼ੂ 'ਚ ਇਸ ਤੋਂ ਇਲਾਵਾ ਜਿਹੜਾ ਅਸੀਂ ਪਸ਼ੂਆਂ ਲਈ ਪੱਠਾ ਅਤੇ ਫੀਡ ਦੀ ਅਨੁਪਾਤ ਜਿਹਨੂੰ ਆਪਾਂ ਕਹਿੰਦੇ ਆ ਰਫਜਿਸ ਵਸਰ ਕਨਸੈਂਟਰੇਟ ਰੇਸ਼ੋ ਉਹਦਾ ਬਹੁਤ ਜ਼ਰੂਰੀ ਹੈ ਧਿਆਨ ਰੱਖਣਾ ਕਿਉਂਕਿ ਜੇ ਕਨਸੈਂਟਰੇਟ ਜਿਹਨੂੰ ਆਪਾਂ ਕਹਿੰਦੇ ਆ ਫੀਡ ਦੀ ਮਾਤਰਾ ਪਸ਼ੂ ਦੇ ਰਾਸ਼ਨ 'ਚ ਵਧਦੀ ਹੈ ਤਾਂ ਦਿੱਕਤ ਇਹ ਆ ਸਕਦੀ ਆ ਤਾਂ ਅਸੀਂ ਕੀ ਦੇਖਦੇ ਆ ਵੀ ਜਿਹੜੇ ਸਾਡੇ ਘੱਟ ਦੁੱਧ ਦੇਣ ਵਾਲੇ ਪਸ਼ੂ ਆ ਉਨ੍ਹਾਂ ਦੇ ਵਿੱਚ ਜਿਹੜਾ ਪੱਠਾ ਉਹ 60% ਹੋਣਾ ਚਾਹੀਦਾ ਤੇ ਫੀਡ 40% ਹੋਣੀ ਚਾਹੀਦੀ ਹੈ ਪੱਠੇ ਦੇ ਵਿੱਚ ਸਾਡੀ ਤੂੜੀ ਵੀ ਆ ਗਈ ਹਰਾਚਾਰਾ ਵੀ ਆ ਗਿਆ ਤੇ ਅਚਾਰ ਵੀ ਆ ਗਿਆ ਇਹ ਸਾਰੇ 60% ਤੇ ਫੀਡ 40% ਇਸੇ ਤਰ੍ਹਾਂ ਜਿਹੜੇ ਥੋੜੇ ਜਿਆਦਾ ਦੁੱਧ ਦੇਣ ਵਾਲੇ ਪਸ਼ੂ ਆ ਉਹਦੇ ਵਿੱਚ ਅਸੀਂ ਇਸ ਰੇਸ਼ੋ ਨੂੰ 50-50 ਕਰ ਸਕਦੇ ਹਾਂ ਵੀ 50% ਪੱਠਾ ਤੇ 50% ਇਹ ਸਾਰੀ ਫੀਡ ਆਫਰ ਕਰ ਸਕਦੇ ਪਸ਼ੂ ਨੂੰ ਪਰ ਜਿਹੜੇ ਸਾਡੇ ਇਸ ਸਮੇਂ ਦੇ ਵਿੱਚ ਦੌਰਾਨ ਪੰਜਾਬ ਦੇ ਵਿੱਚ ਕਾਫੀ ਵਧੀਆ ਐਨੀਮਲ ਆ ਗਏ ਆ ਜਿਹਨੂੰ ਆਪਾਂ ਹਾਈ ਯੀਲਡਰ ਐਨੀਮਲਸ ਕਹਿੰਦੇ ਆ 50 ਦੁੱਧ ਦਿੰਦੇ ਆ ਜਾਂ 50 ਤੋਂ ਵੀ ਉੱਪਰ ਦੁੱਧ ਦੇਣ ਵਾਲੇ ਪਸ਼ੂ ਆ ਤਾਂ ਉਹਨਾਂ ਦੇ ਵਿੱਚ ਅਸੀਂ ਇਸ ਨੂੰ ਉਲਟ ਕਰ ਸਕਦੇ ਆ ਵੀ ਪੱਠੇ ਦੀ ਜਿਹੜੀ ਰੇਸ਼ੋ ਆ ਉਹਨੂੰ 40% ਤੱਕ ਤੇ ਫੀਡ ਦੀ ਰੇਸ਼ੋ ਨੂੰ 60% ਤੱਕ ਵੀ ਵਧਾ ਸਕਦੇ ਆ ਔਰ ਇਵਨ ਜੇ ਅਸੀਂ ਪਸ਼ੂ ਨੂੰ ਮੇਲੇ ਲਈ ਤਿਆਰ ਕਰ ਰਹੇ ਆ ਜਿਦੇ ਵਿੱਚ ਅਸੀਂ ਪਸ਼ੂ ਨੂੰ ਚੈਲੰਜ ਕਰਦੇ ਆ ਵੀ ਵੱਧ ਤੋਂ ਵੱਧ ਦੁੱਧ ਕੱਢ ਸਕੇ ਤਾਂ ਉਸ ਸਮੇਂ ਦੌਰਾਨ ਅਸੀਂ ਫੀਡ ਦੀ ਮਾਤਰਾ ਨੂੰ ਹੋਰ ਵੀ ਵਧਾ ਸਕਦੇ ਆ ਪਰ ਉਸ ਮਾਤਰਾ ਨੂੰ ਵਧਾਉਣ ਦੇ ਲਈ ਤੁਹਾਨੂੰ ਉਸ ਦੀ ਡਾਈਟ ਨੂੰ ਬੈਲੈਂਸ ਕਰਨਾ ਪਊਗਾ ਕਿਸੇ ਮਾਹਰ ਡਾਕਟਰ ਤੋਂ ਉਹਦੀ ਰਾਸ਼ਨ ਬੈਲੈਂਸਿੰਗ ਕਰਾਉਣੀ ਪਊਗੀ ਤਾਂ ਕਿ ਅਸੀਂ ਉਹਦੀਆਂ ਇਸ ਨਾਲ ਸੰਬੰਧਿਤ ਖਾਨ ਨਾਲ ਬਿਮਾਰੀਆਂ ਤੋਂ ਬਚਾ ਸਕੀਏ ਕਿਉਂਕਿ ਨikhil ji ਇਹਦੇ ਵਿੱਚ ਹੁੰਦਾ ਕੀ ਆ ਵੀ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਹੁੰਦਾ ਵੀ ਪਸ਼ੂ ਜ਼ਿਆਦਾ ਦੁੱਧ ਦਿੰਦਾ ਕਈ ਸਮੇਂ ਪੱਠੇ ਦੀ ਕਮੀ ਹੋ ਗਈ ਸਿਰਫ ਤੂੜੀ ਨਾਲ ਅਸੀਂ ਫੀਡ ਵਧਾ ਦਿੰਨੇ ਆ ਜਿਵੇਂ ਫੀਡ ਦਾ ਪੋਰਸ਼ਨ ਵੱਧ ਆ ਤੇ ਪਸ਼ੂ ਦੇ ਬੋਡੀ ਦੇ ਵਿੱਚ ਐਸਿਡ ਪ੍ਰੋਡਿਊਸ ਹੁੰਦਾ ਜਿਹਨੂੰ ਲੈਕਟਿਕ ਐਸਿਡ ਕਹਿੰਦੇ ਆ ਉਹ ਸਾਡੇ ਪਸ਼ੂ ਦੇ ਖੁਰਚ ਗੋਡਿਆਂ 'ਚ ਜਾ ਕੇ ਲੰਗੜੇਪਨ ਦੀ ਸਮੱਸਿਆ ਨੂੰ ਵਧਾਉਂਦਾ ਔਰ ਦੂਸਰਾ ਇਸ ਸਮੇਂ ਜਦੋਂ ਅਸੀਂ ਜ਼ਿਆਦਾ ਕਨਸੈਂਟਰੇਟ ਤੇ ਜਾਂ ਜ਼ਿਆਦਾ ਫੀਡ ਤੇ ਪਸ਼ੂ ਨੂੰ ਲੈ ਕੇ ਜਾਂਦੇ ਆ ਤਾਂ ਪਸ਼ੂ ਦੀ ਡਾਈਟ ਦੇ ਵਿੱਚ ਬਫਰ ਪਾਉਣਾ ਬਹੁਤ ਜ਼ਰੂਰੀ ਹੈ ਬਫਰ ਦੇ ਵਿੱਚ ਅਸੀਂ ਮਿੱਠਾ ਸੋਡਾ ਵੀ ਜੋ ਅਸੀਂ ਘਰੇਲੂ ਉਹ ਪਾ ਸਕਦੇ ਹਾਂ ਉਹਦੀ ਡੋਜ਼ ਕੁਆਲੀਫਾਈਡ ਡਾਕਟਰ ਤੋਂ ਲੈ ਸਕਦੇ ਹ ਇਸ ਤੋਂ ਇਲਾਵਾ ਬਾਜ਼ਾਰ ਦੇ ਵਿੱਚ ਕਈ ਤਰ੍ਹਾਂ ਦੇ ਬਫਰ ਆਉਂਦੇ ਆ ਉਹਨਾਂ ਦੀ ਵਰਤੋਂ ਕਰ ਸਕਦੇ ਆ ਔਰ ਸਭ ਤੋਂ ਜ਼ਰੂਰੀ ਜਿਹੜੀ ਸਾਡੇ ਰੈਸ਼ਨ ਮਿਕਸਿੰਗ ਦੇ ਵਿੱਚ ਚੀਜ਼ ਹੈ ਉਹ ਆ ਰੈਸ਼ਨ ਨੂੰ ਪ੍ਰੋਪਰ ਮਿਕਸ ਕਰਨਾ ਕਿਉਂਕਿ ਤੁਸੀਂ ਬਹੁਤ ਸਾਰੇ ਕਿਸਾਨ ਵੀਰਾਂ ਕੋਲੇ ਟੀਐਮਆਰ ਆ ਗਿਆ ਅੱਜਕੱਲ ਟੀਐਮਆਰ ਦਾ ਮਤਲਬ ਕੀ ਆ ਵੀ ਸਾਰੇ ਰੈਸ਼ਨ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਤੇ ਇੱਕ ਗੁਰਮੰਤਰ ਹੈ ਵੀ ਜਿਹੜੀ ਤੂੜੀ ਹੈ ਜਾ ਫੀਡ ਹੈ ਤੇ ਪੱਠਾ ਇਹਨੂੰ ਇਕੱਠਾ ਜਿੰਨਾ ਆਪਾਂ ਇਹਨੂੰ ਜ਼ਿਆਦਾ ਇਕੱਠਾ ਕਰ ਸਕਦੇ ਆ ਜਿੰਨਾ ਇਹਨੂੰ ਆਪਾਂ ਮਿਕਸ ਕਰ ਸਕਦੇ ਆ ਓਨਾ ਹੀ ਸਾਡੇ ਪਸ਼ੂ ਦੀ ਸਿਹਤ ਲਈ ਇਹ ਚੰਗਾ ਰਹੂਗਾ ਜਿਸ ਤਰ੍ਹਾਂ ਆਪਾਂ ਆਪਾਂ ਆਪਣੇ ਚ ਐਗਜ਼ਾਮਪਲ ਲੈਨੇ ਆ ਵੀ ਸਾਡੀ ਥਾਲੀ ਦੇ ਵਿੱਚ ਚਾਰ ਪੰਜ ਚੀਜ਼ਾਂ ਆਉਂਦੀਆਂ ਖਾਣ ਦੇ ਲਈ ਅਸੀਂ ਇਹ ਕਦੇ ਨਹੀਂ ਕਹਿੰਦੇ ਵੀ ਪਹਿਲਾਂ ਦਾਲ ਪੀ ਲਓ ਉਤੋਂ ਦੀ ਰੋਟੀਆਂ ਖਾ ਲਿਓ ਤੇ ਇਸੇ ਤਰ੍ਹਾਂ ਅਸੀਂ ਪਸ਼ੂ ਨੂੰ ਕਿਉਂ ਕਹਿੰਨੇ ਆ ਵੀ ਪਹਿਲਾਂ ਪੱਠੇ ਤੇ ਤੂੜੀ ਖਾ ਲਾ ਤੇ ਦੁੱਧ ਦੇਣ ਵੇਲੇ ਅਸੀਂ ਉਹਨੂੰ ਫੀਡ ਪਾ ਦਿੰਨੇ ਆ ਜੋ ਸਾਡੇ ਪਿੰਡਾਂ ਚ ਆਮ ਰੁਟੀਨ ਚ ਹੁੰਦਾ ਵੀ ਧਾਰਜੋਣ ਵੇਲੇ ਪਸ਼ੂ ਨੂੰ 3 ਤੋਂ 4 ਕਿਲ ਉਹਨੂੰ ਬੱਠਲ ਚ ਕਿਸੇ ਤਸਲੇ ਚ ਪਾ ਕੇ ਦੇ ਦਿੰਦੇ ਆ ਉਹ ਪਸ਼ੂ ਫੀਡ ਤਾਂ ਖਾ ਜਾਂਦਾ ਪਰ ਇੱਕਦਮ ਸਰੀਰ ਦੇ ਵਿੱਚ ਐਸਿਡ ਬਣਦਾ ਉਸ ਤੋਂ ਬਾਅਦ ਕੀ ਹੁੰਦਾ ਪਸ਼ੂ ਆਪਦਾ ਗੋਬਰ ਲੂਜ਼ ਕਰ ਜਾਂਦਾ ਫੈਟ ਤੇ ਐਸਐਨਐਫ ਦੀ ਵਿੱਚ ਫਲੈਕਚੁਏਸ਼ਨ ਆਉਂਦੀ ਰਹਿੰਦੀ ਕਿਤੇ ਫੈਟ ਵੱਧ ਗਈ ਕਿਤੇ ਘਟ ਗਈ ਤਾਂ ਸਰੀਰ ਦੇ ਵਿੱਚ ਐਸਿਡ ਬਣਦਾ ਤਾਂ ਜਦੋਂ ਵੀ ਆਪਾਂ ਪਸ਼ੂ ਦਾ ਇੱਕ ਰਾਸ਼ਨ ਤਿਆਰ ਕਰ ਰਹੇ ਆ ਉਹਨੂੰ ਇਸ ਤਰੀਕੇ ਨਾਲ ਆਪਾਂ ਤਿਆਰ ਕਰਨਾ ਵੀ ਪਸ਼ੂ ਜਿਹੜਾ ਹੈਗਾ ਉਹ ਰਾਸ਼ਨ ਨੂੰ ਹਲਕੇ ਹਲਕੇ ਆਰਾਮ ਨਾਲ ਖਾਵੇ ਉਹ ਸਰੀਰ ਦੇ ਵਿੱਚ ਜ਼ਿਆਦਾ دیر ਰੁਕੇ ਤੇ ਆਪਣੀ ਜਿਹੜੀ ਪਸ਼ੂ ਜਿਹੜਾ ਹੈਗਾ ਆਪਣੇ ਦੁੱਧ ਤੇ ਤੇ ਆਪਣੇ ਸਰੀਰ ਲਈ ਉਸ ਨੂੰ ਵਰਤੋਜ ਕਰ ਸਕੇ ਜੋ ਗਲਤੀਆਂ ਕਹਿ ਰਹੇ ਨੇ ਡਾਕਟਰ ਸਾਹਿਬ ਤੁਸੇ ਨਹੀਂ ਕਰਨੀਆਂ ਉਸ ਤੇ ਖਾਸ ਤਵੱਜੋ ਦੇਣ ਦੀ ਲੋੜ ਹੈ ਤਾਂ ਕਿ ਤੁਹਾਡਾ ਪਸ਼ੂ ਜਿਹੜਾ ਹੈ ਉਹ ਲੰਗੜੇਪਨ ਦਾ ਸ਼ਿਕਾਰ ਨਾ ਹੋਵੇ ਤੇ ਅਗਲੇ ਕਿਸਾਨ ਵੀਰ ਵੀ ਡਾਕਟਰ ਸਾਹਿਬਸਾ ਨਾਲ ਜੁੜ ਚੁੱਕੇ ਨੇ ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਸਤਿ ਸ਼੍ਰੀ ਅਕਾਲ ਜੀ ਕਿਨਾਇਤ ਜੀ ਤੁਹਾਡਾ ਕਿੱਥੋਂ ਬੋਲ ਰਹੇ ਹੋ ਪੰਜਗਰਾਈ ਕਲਾਂ ਤੋਂ ਮਾਸਟਰ ਗਗਨਦੀਪ ਸਿੰਘ ਬੋਲ ਰਿਹਾ ਜੀ ਹਾਂਜੀ ਗਗਨ ਜੀ ਆਪਣਾ ਸਵਾਲ ਪੁੱਛੋ ਮੇਰੇ ਕੋਲੇ ਪਸ਼ੂ ਹੈ ਕਾਫੀ ਤੇ ਮਤਲਬ ਉਹਦੇ ਵਿੱਚ ਇਹ ਹੈ ਕਿ ਇੱਕ ਤਾਂ ਗਰਮੀਆਂ ਦੇ ਮਹੀਨੇ ਵਿੱਚ ਨਾ ਉਹਨਾਂ ਦੇ ਖੁਰਾਂ ਦੀ ਪ੍ਰੋਬਲਮ ਆ ਜਾਂਦੀ ਹੈ ਤੇ ਲੰਗੜਾ ਕੇ ਧਰਦੇ ਆ ਉਹਨਾਂ ਦਾ ਕੀ ਮਤਲਬ ਰੀਜਨ ਕੀ ਹੋਊਗਾ ਤੇ ਜਾਨੀ ਉਹਨਾਂ ਦਾ ਕੀ ਆਪਾਂ ਨੂੰ ਪ੍ਰਹੇਰ ਜਾਂ ਆਪਾਂ ਨੂੰ ਇਲਾਜ ਉਹਨਾਂ ਦਾ ਕੀ ਕਰਨਾ ਚਾਹੀਦਾ ਵਾ ਇਹ ਦੱਸ ਦਿਓ ਕਿਰਪਾ ਕਰਕੇ ਜੀ ਗਗਨ ਜੀ ਬਹੁਤ ਵਧੀਆ ਤੁਸੀਂ ਕੁਐਸਚਨ ਪੁੱਛਿਆ ਕਿਉਂਕਿ ਗਰਮੀ ਦੇ ਸਮੇਂ ਦੌਰਾਨ ਜਿਹੜੇ ਪਸ਼ੂ ਆ ਸਾਡੇ ਉਹਨਾਂ ਦੇ ਵਿੱਚ ਇਹ ਦਿੱਕਤ ਥੋੜੀ ਵੱਧ ਜਾਂਦੀ ਹੈ ਉਹਦਾ ਕਾਰਨ ਆ ਵੀ ਇੱਕ ਤਾਂ ਵਾਤਾਵਰਨ ਦਾ ਤਾਪਮਾਨ ਵਧਿਆ ਹੁੰਦਾ ਦੂਜਾ ਵਾਤਾਵਰਨ ਦੇ ਵਿੱਚ ਨਮੀ ਵੀ ਵਧੀ ਹੁੰਦੀ ਹੈ ਤਾਪਮਾਨ ਵਧਣ ਦੇ ਨਾਲ ਨਿਕਲ ਜਿਹੜੇ ਸਾਡੇ ਪਸ਼ੂ ਆ ਉਹ ਹੀਟ ਸਟ्रेस ਦਾ ਸ਼ਿਕਾਰ ਹੋ ਜਾਂਦੇ ਆ ਜਿਹਦੇ ਕਰਕੇ ਪਸ਼ੂ ਜਿਹੜਾ ਅਸੀਂ ਉਹਨੂੰ ਖਾਨ ਨੂੰ ਦੇ ਰਹੇ ਆ ਉਹਨੂੰ ਪਸ਼ੂ ਖਾਂਦੇ ਨਹੀਂ ਪ੍ਰੋਪਰ ਔਰ ਪਸ਼ੂ ਕੋਸ਼ਿਸ਼ ਕਰਦਾ ਵੀ ਮੈਂ ਚੁਣ-ਚੁਣ ਕੇ ਸਿਰਫ ਫੀਡ ਖਾ ਲਾਂ ਜਵੇਂ ਪਸ਼ੂ ਫੀਡ ਖਾਂਦਾ ਉਹਦੇ ਵਿੱਚ ਐਸਿਡੋਸਿਸ ਹੁੰਦਾ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਐ ਲੈਕਟਿਕ ਐਸਿਡ ਬਣਦਾ ਤੇ ਇਹ ਦਿੱਕਤ ਹੋਣ ਦੇ ਚਾਂਸ ਵੱਧ ਜਾਂਦੇ ਆ ਇਸ ਤੋਂ ਇਲਾਵਾ ਸਾਡੇ ਕਿਸਾਨ ਵੀਰਾਂ ਦਾ ਇਹ ਹੁੰਦਾ ਵੀ ਸਾਡੇ ਪਸ਼ੂ ਗਰਮੀ ਨਾਲ ਮੰਨਣ ਦੁੱਧ ਨਾਲ ਤੋੜਨ ਅਸੀਂ ਇਹਨੂੰ ਦਿਨ ਚ 4-5 ਵਾਰੀ ਨਹਲਾ ਦਈਏ ਜਾਂ ਅਸੀਂ ਸ਼ਾਵਰ ਲਾ ਦਈਏ ਜਾਂ ਅਸੀਂ ਸਪ੍ਰਿੰਕਲਰ ਲਾ ਦਈਏ ਤਾਂ ਜਿਹੜਾ ਪਸ਼ੂ ਆ ਉਹ ਜ਼ਿਆਦਾ ਦੇਰ ਤੱਕ ਗਿੱਲਾ ਰਹਿੰਦਾ ਫਲੋਰ ਗਿੱਲੇ ਰਹਿੰਦੇ ਆ ਪਸ਼ੂ ਦਾ ਖੁਰਕ ਜ਼ਿਆਦਾ ਗਿੱਲਾ ਰਹਿੰਦਾ ਜਿਸ ਕਾਰਨ ਬੈਕਟੀਰੀਆਲ ਇਨਫੈਕਸ਼ਨ ਹੋਣ ਕਰਕੇ ਵੀ ਇਹ ਖੁਰਾਂ ਦੀ ਸਮੱਸਿਆ ਆ ਸਕਦੀ ਹੈ ਇਸ ਤੋਂ ਇਲਾਵਾ ਬਰਸਾਤ ਦੇ ਸਮੇਂ ਦੇ ਵਿੱਚ ਜਿਹੜੇ ਸਾਡੇ ਪਸ਼ੂ ਆ ਉਹ ਬਾਹਰ ਫਾਰਮ ਦੇ ਵਿੱਚ ਜਾਂ ਕੱਚੇ ਥਾਂ ਤੇ ਚਿੱਕੜ ਹੋ ਗਿਆ ਪਸ਼ੂ ਜਿਆਦਾ ਦੇਰ ਤੱਕ ਚਿੱਕੜ ਚ ਰਹੇ ਤਾਂ ਇਹਨਾਂ ਸਾਰੀਆਂ ਚੀਜ਼ਾਂ ਕਰਕੇ ਜਿਹੜੇ ਸਾਡੇ ਪਸ਼ੂ ਦੇ ਵਿੱਚ ਹੈ ਗਰਮੀ ਦੌਰਾਨ ਇਹ ਸਮੱਸਿਆ ਵੱਧ ਸਕਦੀ ਹੈ ਜਿਸ ਤਰ੍ਹਾਂ ਇਹਨਾਂ ਨੇ ਕਿ ਪੁੱਛਿਆ ਕਿ ਬਚਾਓ ਬਚਾਓ ਦੇ ਵਿੱਚ ਸਾਨੂੰ ਆਪਣਾ ਫਲੋਰ ਜਿਹੜਾ ਹੈਗਾ ਪਸ਼ੂਆਂ ਦਾ ਉਹ ਸੁੱਕਾ ਰੱਖਣਾ ਚਾਹੀਦਾ ਇਸ ਤੋਂ ਇਲਾਵਾ ਸਾਨੂੰ ਪਸ਼ੂ ਜਿਆਦਾ ਇਕੱਠੇ ਨਹੀਂ ਕਰਨੇ ਚਾਹੀਦੇ ਸਾਡੇ ਪਸ਼ੂ ਆ ਜਿਹੜੇ ਉਹ ਘੱਟ ਤੋਂ ਘੱਟ 11 ਤੋਂ 12 ਘੰਟੇ ਆਰਾਮ ਕਰਨ ਜੇ ਸਾਡਾ ਜਿਹੜੀ ਸਪੇਸ ਆ ਥੋੜੀ ਦੇਵਾਂਗੇ ਪਸ਼ੂ ਜਿਆਦਾ ਦੇਰ ਖੜਾ ਰਹੂਗਾ ਤਾਂ ਵੀ ਇਹ ਦਿੱਕਤ ਵਧੂਗੀ ਔਰ ਗਰਮੀਆਂ ਦੇ ਸੀਜ਼ਨ ਦੌਰਾਨ ਜਿਹੜੇ ਮਿਨਰਲ ਮਿਕਸਚਰ ਜਿਹੜੇ ਮਾਰਕੀਟ ਚ ਆਉਂਦੇ ਆ ਜਿਨ੍ਹਾਂ ਚ ਜ਼ਿੰਕ ਵਿਟਾਮਿਨ ਐਚ ਜਾਂ ਕਾਪਰ ਦੀ ਮਾਤਰਾ ਥੋੜੀ ਜਿਆਦਾ ਹੋਵੇ ਉਹਨਾਂ ਦੀ ਵਰਤੋਂ ਔਰ ਉਹਨਾਂ ਦੀ ਡੋਜ਼ ਥੋੜੀ ਜੀ ਵਧਾ ਦੇਣੀ ਚਾਹੀਦੀ ਹੈ ਤਾਂ ਕਿ ਪਸ਼ੂਆਂ ਦੇ ਵਿੱਚ ਇੱਕ ਤਾਂ ਇਮਿਊਨਿਟੀ ਬਣੀ ਰਹੇ ਔਰ ਇਹਨਾਂ ਦੀ ਕਮੀ ਨਾ ਆਉਣ ਕਰਕੇ ਇਹ ਪਸ਼ੂ ਜਿਹੜੇ ਹੈਗੇ ਆ ਸਾਡੇ ਇਸ ਬਿਮਾਰੀ ਤੋਂ ਗ੍ਰਸਤ ਨਾ ਹੋਣ। ਬਿਲਕੁਲ ਡਾਕਟਰ ਸਾਹਿਬ ਨੇ ਬਹੁਤ ਹੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਹੁਣ ਇਹਨਾਂ ਗੱਲਾਂ ਦਾ ਬਸ ਤੁਸੀਂ ਧਿਆਨ ਰੱਖਣਾ ਹੈ ਤੇ ਇੱਥੇ ਬਿਲਕੁਲ ਇੱਕ ਹੋਰ ਛੋਟੇ ਜਿਹੇ ਬ੍ਰੇਕ ਦਾ ਹੈ। ਬ੍ਰੇਕ ਤੋਂ ਬਾਅਦ ਜਿੱਥੇ ਇੱਕ ਅਗਾਂਵ ਤੋਂ ਪਸ਼ੂ ਪਾਲਕ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਉੱਥੇ ਤੁਸੀਂ ਇੱਕ ਸਵਾਲ ਦਾ ਜਵਾਬ ਦੇ ਕੇ ਜਿੱਤ ਸਕਦੇ ਹੋ ਇੱਕ ਸ਼ਾਨਦਾਰ ਗਿਫਟ ਹੈਂਪਰ ਅਸੀਸ ਵੱਲੋਂ ਵੀ। ਉਹ ਸਵਾਲ ਕੀ ਹੋਵੇਗਾ ਉਹ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਬਸ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਸੀਂ ਵੇਖਦੇ ਰਹੋ ਅਸੀਸ ਡੇਰੀ ਫਾਰ ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਤੁਸੀਂ ਵੇਖ ਰਹੇ ਹੋ ਅਸੀਸ ਡੇਰੀ ਫਾਰਮ ਹੈਲਪਲਾਈਨ ਸੀਜ਼ਨ 2 ਤੇ ਅਗਾਂਵਤੂ ਪਸ਼ੂ ਪਾਲਕ ਕੌਣ ਹੁੰਦਾ ਹੈ ਜੋ ਆਪਣੀ ਅਗਾਂਵਤੂ ਸੋਚ ਦੇ ਨਾਲ ਆਪ ਤੇ ਅੱਗੇ ਵੱਧਦਾ ਹੈ ਬਲਕਿ ਬਾਕੀਆਂ ਲਈ ਵੀ ਚਾਨਣ ਮੁਨਾਰਾ ਬਣਦਾ ਹੈ ਤੇ ਅਜਿਹੇ ਇੱਕ ਪਸ਼ੂ ਪਾਲਕ ਨਾਲ ਕਰੋਣੇ ਹਾਂ ਤੁਹਾਡੀ ਮੁਲਾਕਾਤ ਵਿੰਦਰ ਸਿੰਘ ਹੈ ਤੇ ਪਿੰਡ ਮੇਰਾ ਪਰੋਲਾ ਖੁਰਦਾ ਹੈ ਤੇ ਤਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਮਾ ਡੇਰੀ ਫਾਰਮ ਦਾ ਧੰਦਾ ਸ਼ੁਰੂ ਤਕਰੀਬਨ 10 ਸਾਲ ਦਾ ਸਾਡਾ ਕੀਤਾ ਪਹਿਲਾਂ ਆਮ ਘਰੇਲੂ ਪਸ਼ੂਆਂ ਵਾਂਗੂੰ ਥਾਡੇ ਥੋੜੇ ਜੇ ਰੱਖੇ ਹੁੰਦੇ ਸੀਗੇ ਪਹਿਲਾਂ ਸਾਡੇ ਕੋਲੇ ਪਸ਼ੂ ਥੋੜੇ ਜੇ ਬੰਨ ਕੇ ਰੱਖਣ ਦੇ ਸੀਗਾ ਫਾਰਮ ਛੋਟਾ ਸੀਗਾ ਅਸੀਂ ਹੌਲੀ ਹੌਲੀ ਥਾਂ ਵਧਾਇਆ ਪਸ਼ੂ ਖੁੱਲੇ ਛੱਡੇ ਆ ਤੇ ਛੁੱਡੇ ਖੁੱਲੇ ਛੱਡ ਕੇ ਤਕਰੀਬਨ ਸਾਨੂੰ ਫਾਇਦਾ ਹੋਣ ਲੱਗਿਆ ਬੱਚੀਆਂ ਪੁੱਛੀਆਂ ਵਧੀਆ ਪਾਲ ਰਹੀਆਂ ਨੇ ਕਿ ਅਸੀਂ 20-22 ਕਿ ਲੀਟਰ ਤੱਕ ਗਾਈਆਂ ਦੀ ਚੋਈ ਕਰਦੇ ਸੀਗੇ ਹੁਣ ਇਸ ਟਾਈਮ ਅਸੀਂ 45 ਪਲੱਸ ਚੱਲ ਰਹੀਆਂ ਸਾਡੇ ਕੋਲੇ ਐ ਪਲੂਨ ਬੱਚੀ ਸਾਡੇ ਕੋਲੇ 30-32 ਲੀਟਰ ਤੇ ਚੱਲ ਰਹੀਆਂ ਨੇ ਤਕਰੀਬਨ ਸਾਨੂੰ ਹੋ ਚੱਲੇ 5-6 ਸਾਲ ਆਸ਼ੀਸ਼ ਨਾਲ ਜੁੜਿਆ ਨੂੰ ਸਾਨੂੰ ਇਹਦੇ ਨਾਲ ਨਾ ਤਾਂ ਉਲੀ ਦੀ ਕਦੇ ਪ੍ਰੋਬਲਮ ਆਈ ਆ ਨਾ ਕਦੇ ਕੋਈ ਥਣ ਦੀ ਪ੍ਰੋਬਲਮ ਆਉਂਦੀ ਆ ਆਉਂਦੀ ਆ ਮਾੜੀ ਮੋਟੀ ਹੁੰਦੀ ਆ ਕੋਈ ਨੋਰਮਲ ਤੇ ਜਾਨੀ ਕੋਈ ਬਹੁਤੀ ਵੱਡੀ ਪ੍ਰੋਬਲ ਨਹੀਂ ਆਉਂਦੀ ਜੀ ਸਾਨੂੰ ਸਾਨੂੰ ਆ ਕੇ ਸਮੇਂ-ਸਮੇਂ ਤੇ ਇਹਨਾਂ ਨੇ ਡਾਈਟ ਬਣਾ ਕੇ ਦਿੱਤੀ ਜਾਂਦੀ ਹੈ ਓਵੇਂ ਪਸ਼ੂਆਂ ਦਾ ਅਸੀਂ ਮੈਨੇਜਮੈਂਟ ਉਸ ਹਿਸਾਬ ਨਾਲ ਕਰਦੇ ਆਂ ਅਸੀਂ ਖੁੱਲੇ ਪਸ਼ੂ ਛੱਡ ਕੇ ਤਕਰੀਬਨ ਇਹਨਾਂ ਦੇ ਨਾਲ ਜਿਵੇਂ ਇਹਨਾਂ ਦੀ ਡਾਈਟ ਬਣਾ ਕੇ ਦਿੱਤੀ ਆ ਅਸੀਂ ਉਸ ਹਿਸਾਬ ਨਾਲ ਪਸ਼ੂਆਂ ਨੂੰ ਦਿੰਨੇ ਆਂ ਕਿਸਾਨ ਵੀਰਾਂ ਨੂੰ ਇਹ ਹੀ ਅਪੀਲ ਕਰੂੰਗਾ ਵੀ ਇਹਨਾਂ ਨੂੰ ਸਮੇਂ-ਸਮੇਂ ਤੇ ਸਹੀ ਡਾਈਟ ਦਿੰਦੇ ਰਹੋ ਡਾਈਟ ਦੇ ਨਾਲ ਇਹਨਾਂ ਨੂੰ ਪ੍ਰੋਬਲਮ ਨਹੀਂ ਆਉਂਦੀ ਜੇ ਪ੍ਰੋਬਲਮ ਆਉਂਦੀ ਆ ਤਾਂ ਇਹ ਬਾਝਪਣ ਚ ਆ ਜਾਣਗੇ ਆ ਇਹ ਘਾਟਾ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪੈ ਜਾਂਦਾ ਬਾਈ ਫੇ ਤੁਹਾਡੀ ਅਗਾ ਬਦੂ ਸੋਚ ਨੂੰ ਤਾਂ ਸਾਡਾ ਹਰ ਵੇਲੇ ਸਲਾਮ ਹੈ ਤੇ ਅੱਜ ਦਾ ਜੋ ਵਿਸ਼ਾ ਹੈ ਕਿ ਖੁਰਾ ਦੀ ਸਿਹਤ ਹੈ ਜ਼ਰੂਰੀ ਤੰਦਰੁਸਤ ਪਸ਼ੂ ਲਈ ਉਸ ਨਾਲ ਜੁੜੇ ਜੋ ਮੁੱਖ ਪੁਆਇੰਟਸ ਨੇ ਉਸ ਹੋਤੇ ਮੋੜ ਤੋਂ ਇੱਕ ਵਾਰ ਚਾਤ ਪਾਉਣੇ ਹਾਂ ਬਿਲਕੁਲ ਜੀ ਮੁੱਖ ਪੁਆਇੰਟਸ ਤੋਂ ਬਾਅਦ ਹੁਣ ਵੇਲਾ ਹੈ ਅੱਜ ਦੇ ਸਵਾਲ ਦਾ ਤੇ ਅੱਜ ਦਾ ਸਵਾਲ ਹੈ ਅ ਪਸ਼ੂਆਂ ਦੇ ਖੁਰ ਸਾਲ ਚ ਕਿੰਨੀ ਵਾਰ ਪਰਣਾੜੇ ਚਾਹੀਦੇ ਨੇ ਪਸ਼ੂਆਂ ਦੇ ਖੁਰ ਸਾਲ ਚ ਕਿੰਨੀ ਵਾਰ ਬਣਾਉਣੇ ਚਾਹੀਦੇ ਨੇ ਬਿਲਕੁਲ ਜੀ ਇਹਦੇ ਜਵਾਬ ਲਈ ਤੁਸੀਂ WhatsApp ਸਾਨੂੰ ਕਰੋ ਇਹ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਹੈ ਜੋ ਕਿ 8699037369 ਇਸ ਉਤੇ ਤੁਸੀਂ WhatsApp ਕਰਕੇ ਆਪਣਾ ਜਵਾਬ ਦੇਣਾ ਤੇ ਤੁਸੀਂ ਜਿੱਤ ਸਕਦੇ ਹੋ ਅਸੀਸ ਵੱਲੋਂ ਇੱਕ ਸ਼ਾਨਦਾਰ ਗਿਫਟ ਹੈਂਪਰ ਤੇ ਪਿਛਲੇ ਐਪੀਸੋਡ ਦੇ ਜੋ ਸਾਡੇ Winner ਰਹੇ ਨੇ ਉਹਨਾਂ ਨੂੰ ਸਾਡੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਬਈ ਤੁਹਾਨੂੰ ਬਹੁਤ-ਬਹੁਤ ਮੁਬਾਰਕਾਤ ਹੈ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਇੰਨੀਆ ਡੂੰਗੀਆਂ ਗੱਲਾਂ ਸਾਂਝੀਆਂ ਕਰਨ ਲਈ ਬਹੁਤ-ਬਹੁਤ ਧੰਨਵਾਦ ਨikhil ਜੀ ਅੱਜ ਦੇ ਅਸੀਸ ਡੇਰੀ ਫਾਰਮ ਹੈਲਪਲਾਈਨ ਸੀਜ਼ਨ 2 ਵਿੱਚ ਇਨਾ ਹੀ ਇਹ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਜੋ ਕਿ ਹੈ 8699037369 ਇਸ ਉਤੇ ਮੈਸਟ ਕਾਲ ਕਰਨੀ ਜਾਂ ਵਟਸਐਪ ਕਰਨਾ ਨਾ ਭੁੱਲਿਓ ਸਾਡੀ ਟੀਮ ਤੁਹਾਡੇ ਨਾਲ ਸੰਪਰਕ ਕਰੇਗੀ ਅਤੇ ਪਸ਼ੂ ਪਾਲਣ ਨਾਲ ਜੁੜੇ ਤੁਹਾਡੇ ਸਵਾਲ ਜਾਣੇਗੀ ਆਪਣਾ ਤੇ ਆਪਣੇ ਪਸ਼ੂਆਂ ਦਾ ਚੰਗੇ ਤਰ੍ਹਾਂ ਧਿਆਨ ਰੱਖਿਓ ਦਿਓ ਇਜਾਜ਼ਤ ਰੱਬ ਰੱਖਾ